ਉਹ ਲੋਕਾਂ ਦੇ ਘਰਾਂ 'ਚ ਆ ਰਿਹਾ। ਜਦੋਂ ਮੇਰੇ ਘਰ ਆਊਗਾ ਸਾਰੇ ਦਰਵਾਜ਼ੇ ਖੁੱਲ੍ਹੇ, ਅੱਜ ਤੱਕ ਨਹੀਂ ਹੈ। ਮੈਂ ਧਮਾਨ ਨੂੰ ਇੱਕ ਐਸਟ ਬਣਾਇਆ। ਜਿਹੜੇ ਹਾਈਵੇ ਬਣਾਏ ਆ ਗਡਕਰੀ ਸਾਹਿਬ ਨੇ, ਦੇ ਨੀਡ ਟੂ ਬੀ ਕੰਪਲੀਮੈਂਟਡ। ਪਹਿਲੀ ਗੱਲ, ਸਾਡੀ ਵਿਗੜਦੀ ਵਿੱਤੀ ਹਾਲਤ, ਉਹਨਾਂ ਦੇ ਵਿੱਚ ਇੱਕ ਫ੍ਰੀ ਬੀਜ ਜਿਹੜੀਆਂ ਨੇ, ਇਹ ਕਿਤੇ ਪੰਜਾਬ ਨੂੰ ਦਿਵਾਲੀਆ ਨਾ ਕਰ ਦਿਓ। ਹਰ ਰੋਜ਼ ਮੈਂ ਦੇਖਦਾ, ਕਦੇ ਕਿਸੇ ਨੂੰ ਵੱਢਤਾ, ਕਿਸੇ ਕਿਸੇ ਨੂੰ ਟੁੱਕਤਾ, ਕਿਸੇ ਵਰਕਰ ਨੂੰ ਮਾਰ ਦਿੰਦੇ ਆ, ਟਰੱਕ ਯੂਨੀਅਨ ਦੇ ਕਬਜ਼ੇ ਚੱਲੀ ਜਾਂਦੇ ਆ। ਇਹ ਲਾਅ ਐਂਡ ਆਰਡਰ ਹੈ। ਰਾਜੇ ਦਾ ਫੋਨ ਆਇਆ ਮੈਨੂੰ, ਕਹਿੰਦਾ ਭਾਅ ਜੀ ਮੈਂ ਆਉਣਾ, ਮੈਂ ਹੁਣੇ ਆ ਜਾ, ਅੱਜ ਆ ਜਾ। ਚਾਰ ਬੰਦੇ ਸੀਗੇ ਨਾਲ, ਮੈਂ ਕਿਹਾ ਜੀ ਅੱਜ ਆ ਜਾ। ਕਹਿੰਦਾ ਨਹੀਂ ਭਾਅ ਜੀ, ਮੈਂ ਦੋ ਦਿਨਾਂ ਬਾਅਦ ਆਉਂਗਾ, ਮੈਂ ਮੋਸਟ ਵੈਲਕਮ। ਠੀਕ ਹੈ, ਉਹ ਲੋਕਾਂ ਦੇ ਘਰਾਂ 'ਚ ਆ ਰਿਹਾ। ਜਦੋਂ ਮੇਰੇ ਘਰ ਆਊਗਾ ਸਾਰੇ ਦਰਵਾਜ਼ੇ ਖੁੱਲ੍ਹੇ, ਅੱਜ ਤੱਕ ਨਹੀਂ ਹੈ। ਰਾਜਾ ਵੜਿੰਗ ਦਾ ਵਿਰੋਧ ਕੀਤਾ ਸੀ, ਪਾਰਟੀ ਤੋਂ ਬਾਹਰ ਕੀਤਾ ਸੀ, ਪਰ ਅੱਜ ਤੁਹਾਡੇ ਨਾਲ ਬੈਠੇ ਨੇ। ਦੇਖੋ ਮੇਰੀ ਗੱਲ ਨੂੰ ਸੁਣੋ, ਮੈਂ ਪਾਰਟੀ ਸੀ, 100 ਬੰਦਿਆਂ ਨੇ ਮੇਰਾ ਵਿਰੋਧ ਕੀਤਾ, ਮੈਂ ਕੁਛ ਕਿਹਾ? ਦੇਖੋ ਮੇਰੀ ਇੱਕ ਗੱਲ ਨੂੰ ਸਮਝ ਲਓ, ਮੈਂ ਧਮਾਨ ਨੂੰ ਇੱਕ ਐਸਟ ਮੈਂ ਨਵਜੋਤ ਸਿੰਘ ਸਿੱਧੂ ਸਾਹਿਬ ਨੂੰ ਪਹਿਲਾਂ ਜਿੱਦੇ ਅੰਮ੍ਰਿਤਸਰ ਗਿਆ ਸੀਗਾ, ਉਹਨਾਂ ਦਾ ਸਮਰਾਲੇ ਵਿਜ਼ਿਟ ਸੀਗੀ। ਪਰਸੋਂ ਚੌਥੇ ਮੇਰੀ ਉਹਨਾਂ ਨਾਲ ਗੱਲ ਵੀ ਹੋਈ ਸੀਗੀ, ਕੋਈ ਐਸੀ ਗੱਲ ਨਹੀਂ ਹੈ। ਸੋ ਮੁਲਾਕਾਤ ਨਹੀਂ ਹੋ ਰਹੀ, ਐਸੀ ਕੋਈ ਗੱਲ ਨਹੀਂ, ਬਟ ਹੁਣ ਜਦੋਂ ਸਮਾਂ ਆਉਣ 'ਤੇ ਮੁਲਾਕਾਤ ਵੀ ਹੋ ਜਾਏਗੀ। ਆਉਂਦੇ ਸਾਰ ਮੈਨੂੰ ਚਾਰ ਬੰਦਿਆਂ ਨੇ ਕਿਹਾ, ਮੈਂ ਉਹ ਵੀ ਤਾਰੀਫ ਕਰਨਾ ਚਾਹੁੰਦਾ। ਓਪੋਜੀਸ਼ਨ ਦਾ ਮਤਲਬ ਇਹ ਨਹੀਂ ਵੀ ਹਰੇਕ ਨੂੰ ਗਾਲਾਂ ਕੱਢੀ ਜਾਓ। ਆਉਂਦੇ ਸਾਰ ਇੱਥੇ ਲੋਕਾਂ ਨੇ ਕਿਹਾ ਕਿ ਜੀ ਅਸੀਂ 4.5 ਘੰਟਿਆਂ 'ਚ ਪਹੁੰਚਦੇ ਹੁੰਦੇ ਬਠਿੰਡੇ, ਅੱਜ 2 'ਚ ਪਹੁੰਚ ਗਏ। ਮੈਂ ਰਿਅਲਾਈਜ਼ ਕੀਤਾ ਵੀ ਅਸੀਂ 4.5 ਘੰਟਿਆਂ 'ਚ ਪਹੁੰਚਦੇ ਹੁੰਦੇ ਬਠਿੰਡੇ, ਅਤੇ ਅੱਜ ਅਸੀਂ ਵੀ 1.25 ਘੰਟੇ 'ਚ। ਹਰ ਬੰਦਾ ਸਰਪ੍ਰਾਈਜ਼ਡ ਹੈ ਯਾਰ ਵੀ ਅਸੀਂ 4 ਘੰਟੇ ਪਹੁੰਚਦੇ ਹੁੰਦੇ, ਅੱਜ 2 ਘੰਟੇ ਪਹਿਲਾਂ ਕਿਵੇਂ ਪਹੁੰਚ ਗਏ? ਇਹ ਜਿਹੜੇ ਹਾਈਵੇ ਬਣਾਏ ਆ ਗਡਕਰੀ ਸਾਹਿਬ ਨੇ, ਦੇ ਨੀਡ ਟੂ ਬੀ ਕੰਪਲੀਮੈਂਟਡ। ਪਹਿਲੀ ਗੱਲ, ਇਹ ਜ਼ਰੂਰੀ ਨਹੀਂ ਹੈ ਕਿ ਜੇ ਕੋਈ ਓਪੋਜੀਸ਼ਨ 'ਚ ਹੋਵੇ ਤਾਂ ਉਹਨੂੰ ਨਿੰਦੀ ਜਾਓ। ਆਈ ਮਸਟ ਕੰਪਲੀਮੈਂਟ ਕਿ ਉਹਨਾਂ ਨੇ ਜ਼ਿੰਦਗੀ ਬਿਹਤਰ ਬਣਾਉਣ ਦੇ ਲਈ, ਔਰ ਮੈਂ ਇਹ ਗੱਲ ਦੇਖੋ ਕਿੱਦਾਂ ਨਿਕਲੀ ਹੈ, ਇੱਕ ਟਰੈਵਲ 'ਚੋਂ ਨਿਕਲੀ ਹੈ। ਜਦੋਂ ਤੁਸੀਂ ਸੱਤਾ ਹਾਸਲ ਕਰਨ ਲਈ ਝੂਠ ਬੋਲ ਦਿੰਦੇ ਹੋ ਕਿ ਜੀ ਮੈਂ ਕੁਛ ਵੀ ਬੋਲ ਦਿਆਂ ਪਰ ਸੱਤਾ ਮਿਲ ਜਾਵੇ ਮੈਨੂੰ, ਉਹ ਗਲਤ ਹੈ। ਲੇਕਿਨ ਜਦੋਂ ਤੁਸੀਂ ਕੁਛ ਐਸਾ ਕਰਦੇ ਹੋ ਕਿ ਪੰਜਾਬ ਦੇ ਲੋਕਾਂ ਦੀ ਔਰ ਦੁਨੀਆਂ ਦੇ ਲੋਕਾਂ ਦੀ ਜ਼ਿੰਦਗੀ ਬਦਲਦੀ ਹੈ, ਇਹ ਜ਼ਿੰਦਗੀ ਬਦਲੀ ਕਿ ਨਹੀਂ? 2.5 ਘੰਟੇ ਬਚੇ ਸਾਹਿਬ ਨੂੰ, ਸਾਡੀ ਵਿਗੜਦੀ ਵਿੱਤੀ ਹਾਲਤ, ਉਹਨਾਂ ਦੇ ਵਿੱਚ ਇੱਕ ਫ੍ਰੀ ਬੀਜ ਜਿਹੜੀਆਂ ਨੇ, ਇਹ ਕਿਤੇ ਪੰਜਾਬ ਨੂੰ ਦਿਵਾਲੀਆ ਨਾ ਕਰ ਦਿਓ। ਇਹ ਚਿੰਤਾ ਹਰੇਕ ਦੀ ਜਾਇਜ਼ ਹੈ। ਔਰ ਦੂਸਰਾ, ਬਿਜਲੀ ਮਾਫ ਕਰਨਾ, ਤੁਸੀਂ ਜਦੋਂ ਇਲੈਕਸ਼ਨ ਤੋਂ ਪਹਿਲਾਂ ਸੱਤਾ ਹਾਸਲ ਕਰਨ ਦੇ ਲਈ ਇੱਥੇ ਆਏ ਸੀ, ਤੁਸੀਂ ਅਨਾਊਂਸਮੈਂਟ ਸਾਰਿਆਂ ਜੋਗੀ ਕੀਤੀ ਸੀ ਬਿਜਲੀ ਦੀ। ਤੁਸੀਂ ਕਿਸੇ ਨੂੰ ਡੀਮਾਰਕੇਟ ਕਰਕੇ ਨਹੀਂ ਗਿਆ, ਤੁਸੀਂ ਸਾਡੇ ਨਾਲੋਂ ਬਿਹਤਰ ਆਪਸ਼ਨ ਕਿਵੇਂ ਬਣੇ? ਕਿਉਂਕਿ
ਐਸਸੀ ਭਾਈਚਾਰੇ ਨੂੰ, ਐਸਟੀ ਭਾਈਚਾਰੇ ਨੂੰ, ਫਰੀਡਮ ਫਾਈਟਰਸ ਨੂੰ ਅਸੀਂ ਵੀ 200 ਯੂਨਿਟ ਫ੍ਰੀ ਦਿੰਦੇ ਸੀ। 2 ਮਹੀਨਿਆਂ ਦੇ 400 ਮਿਲਦੇ ਸੀ, ਤੁਸੀਂ 600 ਦੇ ਤੇ ਤਾਂ ਕਿਹੜਾ ਮਾਰਕਾ ਮਾਰਿਆ? ਤੁਸੀਂ ਇਹ ਕਿਹਾ ਵੀ ਸਾਰਿਆਂ ਨੂੰ ਦਿਆਂਗੇ ਤੇ ਅੱਜ ਤੁਸੀਂ ਮੁਕਰ ਗਏ ਹੋ, ਸ਼ਰਿਆਂ ਮੁਕਰ ਗਏ ਔਰ ਬਸ਼ਰਮੀ ਨਾਲ ਮੁਕਰ ਗਏ ਹੋ। ਇੱਥੋਂ ਪਤਾ ਲੱਗਦਾ ਹੈ ਕਿ ਕੁਛ ਤੋਂ ਰਹੀ ਹੋਊਗੀ, ਉਨਕੀ ਵੀ ਮਜਬੂਰੀਆਂ, ਯੂੰ ਹੀ ਚਾਹ ਕੇ ਤਾਂ ਕੋਈ ਬੇਵਫਾ ਨਹੀਂ ਹੁੰਦਾ। ਮਜਬੂਰੀਆਂ ਕੀ ਨੇ? ਮਜਬੂਰੀਆਂ ਇਹ ਨੇ ਵੀ PSPCL ਦੇ ਉੱਤੇ 17,000 ਕਰੋੜ ਰੁਪਈਏ ਦਾ ਕਰਜ਼ਾ ਸਾਹਿਬ ਜਿਹੜਾ ਬੈਂਕਾਂ ਤੋਂ ਲਿਆ, ਸਰਕਾਰ ਦੀ ਦੇਣਦਾਰੀ ਉਹਨਾਂ ਦੀ 20,000 ਕਰੋੜ ਤੋਂ ਉੱਤੇ ਹੈ ਕਿ ਅੱਜ ਤੁਸੀਂ ਕਰੋੜਾਂ ਰੁਪਇਆਂ ਦੇ ਇਸ਼ਤਿਹਾਰ ਪੰਜਾਬ ਸਰਕਾਰ ਦੇ ਬਾਹਰਲੇ ਸੂਬਿਆਂ ਦੇ ਵਿੱਚ ਦੇ ਰਹੇ ਹੋ। ਤੁਹਾਨੂੰ ਕਿਹਨੇ ਇਖਤਿਆਰ ਦਿੱਤਾ ਕਿ ਤੁਸੀਂ ਪੰਜਾਬੀਆਂ ਦੇ ਖੂਨ ਪਸੀਨੇ ਦੀ ਕਮਾਈ ਬਾਹਰਲੇ ਅਖਬਾਰਾਂ ਦੇ ਵਿੱਚ, ਸੂਬਿਆਂ ਦੇ ਵਿੱਚ ਲਵਾਓ? ਇਸ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਤੁਸੀਂ ਆਹ ਕੁਛ ਕਰ ਰਹੇ ਹੋ, ਮੈਨੂੰ ਦੱਸੋ ਪਾਲਿਸੀ ਡਰਿਵਨ ਤੁਹਾਡੇ ਕੋਲ ਕੀ ਹੈ? ਪਰ ਲਾਅ ਐਂਡ ਆਰਡਰ ਦੇ ਵਾਸਤੇ ਤਾਂ ਕੋਈ ਟਾਈਮ ਲਿਮਿਟ ਨਹੀਂ ਹੁੰਦੀ, ਉਹ ਤਾਂ ਡੇ 1 ਤੋਂ ਜਾਨ ਮਾਲ ਦਾ ਜਿਹੜਾ ਅਧਿਕਾਰ ਹੈ ਉਹ ਪਹਿਲਾ ਫੰਡਾਮੈਂਟਲ ਰਾਈਟ ਹੈ ਕਿਸੇ ਵੀ ਬੰਦੇ ਦਾ। ਪਹਿਲਾ ਫੰਡਾਮੈਂਟਲ ਰਾਈਟ ਵੀ ਮੇਰੀ ਜਾਨ ਮਹਿਫੂਜ਼ ਰਹੇ, ਮੇਰਾ ਮਾਲ, ਮੇਰਾ ਬਿਜ਼ਨਸ ਮਹਿਫੂਜ਼ ਰਹੇ। ਖਾਸ ਤੌਰ 'ਤੇ ਸ਼ਹਿਰ ਪਿੰਡਾਂ ਕੀ ਚਾਹੁੰਦੇ ਆ? ਅਗਲੇ ਬਿਜ਼ਨਸ ਚਾਹੁੰਦੇ ਆ, ਅਗਲੇ ਅਮਨ ਮਾਨ ਚਾਹੁੰਦੇ ਆ, ਅਗਲੇ ਚਾਹੁੰਦੇ ਆ ਵੀ ਸਾਡੀਆਂ ਦੁਕਾਨਾਂ ਦੇ ਉੱਤੇ ਕੋਈ ਇਹੋ ਜਿਹੀ ਆਪਦਾ ਨਾ ਆਵੇ ਕਿ ਸਾਡਾ ਬਿਜ਼ਨਸ ਇਫੈਕਟ ਹੋਵੇ। ਕਿਸੇ ਨੂੰ ਦਾਤੀਆਂ ਨਾਲ ਟੁੱਕੀ ਜਾਂਦੇ ਆ, ਕਿਤੇ ਕਬਜ਼ੇ ਚੱਲੀ ਜਾਂਦੇ ਆ, ਕਿਤੇ ਫਰੋਤੀਆਂ ਹੋਈ ਜਾਂਦੀਆਂ ਨੇ, ਕਬੱਡੀ ਜੇਲ੍ਹਾਂ 'ਚ ਚੱਲੀ ਜਾਂਦੀ ਹੈ।